ਸਤਿ ਸ਼੍ਰੀ ਅਕਾਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਰਚਨਾ ਸੇਵਕ, ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ ਤੇ। ਕੌਮਾਂਤਰੀ ਵਿਦਿਆਰਥੀਆਂ ਲਈ ਅਹਿਮ ਖਬਰ, ਕੈਨੇਡਾ 'ਚ ਵੀਜ਼ਾ ਸੰਬੰਧੀ ਨਵੀਂ ਯੋਜਨਾ ਦਾ ਕਰ ਸਕਦਾ ਹੈ ਐਲਾਨ। ਕੌਮਾਂਤਰੀ ਵਿਦਿਆਰਥੀਆਂ ਬਾਰੇ ਨੀਤੀ ਦਾ ਖਰੜਾ ਤਿਆਰ, ਹਰੇਕ ਸੂਬੇ ਨੂੰ ਕੋਟਾ ਅਲਾਟ ਕੀਤੇ ਜਾਣ ਦੀ ਬਣਾਈ ਨੀਤੀ। ਬ੍ਰੈਂਪਟਨ ਦੇ ਮੇਅਰ ਨੇ ਵਿਦੇਸ਼ੀ ਵਿਦਿਆਰਥੀ ਵੀਜ਼ਾ 'ਚ ਬਦਲਾਅ ਦਾ ਦਿੱਤਾ ਸੁਝਾਅ। ਰਿਹਾਇਸ਼ ਸੰਕਟ ਨਾਲ ਨਜਿੱਠਣ ਲਈ ਚੁੱਕੇ ਜਾ ਰਹੇ ਨੇ ਕਦਮ। ਅਤੇ ਕੈਨੇਡਾ 'ਚ ਰਾਮ ਨਾਮ ਦੀ ਧੂਮ, ਹੁਣ 3 ਸ਼ਹਿਰਾਂ ਨੇ ਕੀਤਾ ਵੱਡਾ ਐਲਾਨ। ਤਣਾਅ ਵਿਚਾਲੇ ਕੈਨੇਡਾ ਦਾ ਇਹ ਫੈਸਲਾ ਭਾਰਤ ਲਈ ਹੈਰਾਨੀ ਵਾਲਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਜਾਰੀ ਕਰਨ ਸੰਬੰਧੀ ਅੱਜ ਨਵੀਂ ਯੋਜਨਾ ਦਾ ਐਲਾਨ ਕਰ ਸਕਦਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ। ਕੈਨੇਡਾ ਵਿੱਚ ਪੜ੍ਹਨ ਲਈ ਜਾਰੀ ਕੀਤੇ ਜਾਣ ਵਾਲੇ ਪਰਮਿਟਾਂ ਦੀ ਗਿਣਤੀ ਨੂੰ ਘਟਾਉਣ ਲਈ ਅੱਜ ਇੱਕ ਯੋਜਨਾ ਦੀ ਰੂਪਰੇਖਾ ਤਿਆਰ ਕਰਨ ਦੀ ਉਮੀਦ ਹੈ। ਇਹ ਸ਼ਾਰਲੋਟ ਟਾਊਨ ਵਿੱਚ ਆਖਰੀ ਕੈਬਨਿਟ ਰਿਟਰੀਟ ਦੇ 5 ਮਹੀਨਿਆਂ ਬਾਅਦ ਵੀ ਆਇਆ ਹੈ, ਜਿੱਥੇ ਮਿਲਰ ਅਤੇ ਹਾਊਸਿੰਗ ਮੰਤਰੀ ਸੀਨ ਫਰੇਜ਼ਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਨੂੰ ਕੈਪਿੰਗ ਕਰਨ ਦੇ ਵਿਚਾਰ ਨੂੰ ਸ਼ੁਰੂ ਕੀਤਾ ਸੀ। ਮਿਲਰ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਕਈ ਵਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਦਾ ਹੱਲ ਲੱਭਣ ਦਾ ਵਾਅਦਾ ਕੀਤਾ। ਹਾਲ ਹੀ ਦੇ ਸਾਲਾਂ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਸੁਰੱਖਿਅਤ ਰਿਹਾਇਸ਼ ਲੱਭਣ ਵਿੱਚ ਅਸਮਰੱਥ ਨੇ। ਮਿਲਰ ਨੇ ਪਤਝੜ ਵਿੱਚ ਪ੍ਰਾਂਤਾਂ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਨੂੰ ਸਿਸਟਮ ਵਿੱਚ ਦੁਰਵਿਵਹਾਰ ਅਤੇ ਧੋਖਾਧੜੀ ਤੇ ਕਾਰਵਾਈ ਕਰਨ ਦੀ ਜ਼ਰੂਰਤ ਹੈ, ਜਾਂ ਓਟਾਵਾ ਵਿਦਿਆਰਥੀ ਵੀਜ਼ਿਆਂ ਦੀ ਗਿਣਤੀ ਤੇ ਸੀਮਾ ਲਗਾ ਦੇਵੇਗਾ ਜੋ ਇਹ ਜਾਰੀ ਕਰਦਾ ਹੈ। ਇਸ ਸਾਲ ਵੀਜ਼ੇ ਸਿਰਫ ਉਹਨਾਂ ਵਿਦਿਆਰਥੀਆਂ ਨੂੰ ਜਾਰੀ ਕੀਤੇ ਜਾਣਗੇ ਜੋ ਦਿਖਾ ਸਕਦੇ ਨੇ ਕਿ ਉਹਨਾਂ ਕੋਲ $20,635 ਨੇ, ਜੋ ਪਿਛਲੇ ਸਾਲ ਦੇ ਮੁਕਾਬਲੇ $10,000 ਤੋਂ ਵੱਧ ਹੈ। ਪਰ ਉਹ ਮਹੀਨਿਆਂ ਤੋਂ ਪ੍ਰਾਂਤਾਂ ਨੂੰ ਚੇਤਾਵਨੀ ਦੇ ਰਿਹਾ ਹੈ ਕਿ ਉਹਨਾਂ ਨੂੰ ਆਪਣੇ ਉਹਨਾਂ ਸਕੂਲਾਂ ਬਾਰੇ ਕੁਝ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਉਹਨਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਮਾਨਤਾ ਪ੍ਰਾਪਤ ਕੀਤੀ ਸੀ ਅਤੇ ਜੋ ਉਮੀਦ ਕੀਤੀ ਸਿੱਖਿਆ ਪ੍ਰਦਾਨ ਨਹੀਂ ਕਰ ਰਹੇ ਨੇ। ਓਟਾਵਾ ਵੀਜ਼ਾ ਜਾਰੀ ਕਰਦਾ ਹੈ, ਪਰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਕਿਹੜੇ ਸਕੂਲਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ ਇਸ 'ਤੇ ਕੰਟਰੋਲ ਸੂਬਿਆਂ ਨਾਲ ਹੁੰਦਾ ਹੈ। ਮਿਲਰ ਨੇ ਕਿਹਾ ਹੈ ਕਿ ਇਸ ਪ੍ਰਣਾਲੀ ਨਾਲ ਦੁਰਵਿਵਹਾਰ ਅਤੇ ਧੋਖਾਧੜੀ ਵਿੱਚ ਵਾਧਾ ਹੋਇਆ ਹੈ, ਖਾਸ ਤੌਰ 'ਤੇ ਉਦੋਂ ਜਦੋਂ ਸਕੂਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਅਦਾ ਕੀਤੀਆਂ ਉੱਚ ਟਿਊਸ਼ਨ ਫੀਸਾਂ 'ਤੇ ਨਿਰਭਰ ਕਰਦੇ ਨੇ, ਕਿਉਂਕਿ ਪ੍ਰੋਵਿੰਸਾਂ ਨੇ ਉਹਨਾਂ ਦੇ ਫੰਡਾਂ ਨੂੰ ਰੋਕ ਦਿੱਤਾ ਹੈ ਜਾਂ ਉਹਨਾਂ ਦੇ ਫੰਡਾਂ ਵਿੱਚ ਕਟੌਤੀ ਕੀਤੀ ਹੈ। It's unacceptable that some private institutions have taken advantage of international students by operating under resourced campuses, lacking supports for students, and charging high tuition fees, all the while significantly increasing their intake of international students. Today, I am announcing 3 principal measures. 1, a temporary 2-year cap on new international student permits. It is the latest in a series of measures to improve program integrity and set international students up for the success in order to maintain a sustainable level of temporary residence in Canada as well. To ensure that there is no further growth in the number of international students in Canada for 2024, we are setting a national application intake cap for a period of 2 years. For 2024, the cap is expected to result in approximately 364,000 approved study permits, a decrease of 35% from 2023. In the spirit of fairness, we are also allocating the cap space by province based on population, such as that some provinces will see much more significant reductions. We'll continue to work closely with those provinces and territories to put these measures into place, as they will be responsible for determining how the cap is distributed between its designated learning institutions that they have jurisdiction over. I've had productive conversations in particular with British Columbia and Ontario already, and we all recognize that more needs to be done to protect the integrity of our system while supporting international students. In addition, effective immediately, applicants must provide a provincial attestation with their study permit application. At the same time, the cap will not apply to students at graduate levels of studies, including master's and doctoral students. Those are the people we're looking for. Study permit applications at the elementary and secondary school levels will also be exempt. ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਸੀਮਿਤ ਕਰਨ ਅਤੇ ਹਰੇਕ ਸੂਬੇ ਨੂੰ ਕੋਟਾ ਅਲਾਟ ਕੀਤੇ ਜਾਣ ਦੀ ਨੀਤੀ ਤਿਆਰ ਹੋ ਰਹੀ ਹੈ, ਜਿਸ ਨੂੰ ਇਸ ਸਾਲ ਦੇ ਅੰਤ ਤੱਕ ਲਾਗੂ ਕਰ ਦਿੱਤਾ ਜਾਏਗਾ। ਆਵਾਸ ਮੰਤਰਾਲੇ ਵੱਲੋਂ ਤਿਆਰ ਕੀਤੇ ਜਾ ਰਹੇ ਖਰੜੇ ਅਨੁਸਾਰ ਹਰੇਕ ਸੂਬੇ ਲਈ ਅਲਾਟ ਕੀਤੀ ਗਿਣਤੀ 'ਚੋਂ ਉੱਥੋਂ ਦੀਆਂ ਸੂਬਾ ਸਰਕਾਰਾਂ
ਯੂਨੀਵਰਸਿਟੀਆਂ ਅਤੇ ਵਿਦਿਅਕ ਅਦਾਰਿਆਂ ਵਿਚਲੀਆਂ ਸਹੂਲਤਾਂ ਦੀ ਸਮਰੱਥਾ ਅਨੁਸਾਰ ਵਿਦਿਆਰਥੀ ਦਾਖਲਾ ਤੈਅ ਕਰਕੇ ਸੂਚੀ ਆਵਾਸ ਵਿਭਾਗ ਨੂੰ ਸੌਂਪਣਗੀਆਂ ਤੇ ਉਸੇ ਅਨੁਸਾਰ ਵਿਦਿਅਕ ਵੀਜ਼ੇ ਜਾਰੀ ਹੋਣਗੇ। ਬੇਸ਼ੱਕ ਹਾਲੇ ਕੌਮਾਂਤਰੀ ਵਿਦਿਅਕ ਵੀਜ਼ਿਆਂ ਦੀ ਗਿਣਤੀ ਤੈਅ ਨਹੀਂ ਕੀਤੀ ਗਈ, ਪਰ ਯੂਨੀਵਰਸਿਟੀਜ਼ ਕੈਨੇਡਾ ਗਰੁੱਪ ਦਾ ਮੰਨਣਾ ਹੈ ਕਿ 2 ਸਾਲ ਪਹਿਲਾਂ ਵਾਲੀ ਗਿਣਤੀ ਨੂੰ ਆਧਾਰ ਬਣਾਇਆ ਜਾ ਸਕਦਾ ਹੈ। ਇਸ ਗਰੁੱਪ ਵੱਲੋਂ ਆਪਣੇ 96 ਮੈਂਬਰਾਂ ਨੂੰ ਕੱਲ੍ਹ ਸ਼ਾਮ ਭੇਜੇ ਪੱਤਰ ਦੀਆਂ ਜਾਣਕਾਰੀਆਂ ਜਨਤਕ ਹੋਣ ਮਗਰੋਂ ਆਵਾਸ ਵਿਭਾਗ ਵੱਲੋਂ ਇਸ ਬਾਰੇ ਵਿਸਥਾਰ ਦੇਣ ਤੋਂ ਟਾਲਾ ਵੱਟਿਆ ਜਾ ਰਿਹਾ ਹੈ। ਹਾਲਾਂਕਿ ਵਿਭਾਗ ਨੇ ਮੰਨਿਆ ਹੈ ਕਿ ਵੈਟਨਰੀ ਤੇ ਕੁਝ ਹੋਰ ਕੋਰਸਾਂ ਦੀ ਪ੍ਰਵਾਨਗੀ ਆਗਾਮੀ ਪਤਝੜ ਦੇ ਮੌਸਮ ਤੋਂ ਪਹਿਲਾਂ ਅਮਲ 'ਚ ਆ ਸਕਦੀ ਹੈ। ਜੇਕਰ ਕੌਮਾਂਤਰੀ ਵਿਦਿਆਰਥੀਆਂ ਬਾਰੇ ਨਵੀਂ ਨੀਤੀ ਲਾਗੂ ਹੋਈ ਤਾਂ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 'ਚ 20-25% ਕਟੌਤੀ ਹੋਵੇਗੀ। ਲੰਘੇ ਸਾਲ 5,79,075 ਵੀਜ਼ੇ ਜਾਰੀ ਹੋਣ ਨਾਲ ਦੇਸ਼ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 9 ਲੱਖ ਹੋ ਗਈ ਸੀ। ਦੂਜੇ ਪਾਸੇ ਆਵਾਸ ਮੰਤਰੀ ਮਾਰਕ ਮਿਲਰ ਨੇ ਸੰਕੇਤ ਦਿੱਤਾ ਸੀ ਕਿ ਰਿਹਾਇਸ਼ੀ ਘਾਟ ਕਾਰਨ ਸਰਕਾਰ ਨੂੰ ਅਸਥਾਈ ਨਾਗਰਿਕਾਂ ਪ੍ਰਤੀ ਸਖ਼ਤ ਹੋਣਾ ਪਏਗਾ। ਕੈਨੇਡਾ ਵਿੱਚ ਜਾਰੀ ਰਿਹਾਇਸ਼ ਸੰਕਟ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਜਾ ਰਹੇ ਨੇ। ਹਾਲ ਹੀ ਵਿੱਚ ਬ੍ਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕੈਨੇਡਾ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਸੀਮਾ ਲਾਉਣ ਦੀ ਮੰਗ ਕੀਤੀ ਹੈ। ਨਾਲ ਹੀ ਬ੍ਰਾਊਨ ਨੇ ਐਲਾਨ ਕੀਤਾ ਕਿ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਹੈ ਜਿਸ ਵਿੱਚ ਸਰਕਾਰ ਨੂੰ ਸਟੱਡੀ ਵੀਜ਼ਾ ਦੀ ਮੰਗ ਕਰਨ ਵਾਲਿਆਂ ਲਈ ਰਿਹਾਇਸ਼ ਦਾ ਪਤਾ ਸ਼ਾਮਿਲ ਕਰਨ ਦੀ ਅਪੀਲ ਕੀਤੀ ਗਈ ਹੈ। ਇਹ ਕਦਮ ਵੱਧਦੇ ਰਿਹਾਇਸ਼ੀ ਸੰਕਟ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ, ਜਿਸ ਨਾਲ ਕਿਫਾਇਤੀ ਕਿਰਾਏ ਕਾਰਨ ਵਿਦਿਆਰਥੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀ ਨੇ, ਨੂੰ ਦੇਸ਼ ਵਿੱਚ ਅਸੁਰੱਖਿਅਤ ਅਤੇ ਗੈਰ ਕਾਨੂੰਨੀ ਹਾਲਤ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਬ੍ਰਾਊਨ, ਜਿਸ ਦੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਵੱਡੀ ਆਮਦ ਦੇਖੀ ਗਈ ਹੈ, ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ, ਸਾਡੇ ਕੋਲ ਤੀਸਰੀ ਦੁਨੀਆ ਦੀਆਂ ਸਥਿਤੀਆਂ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਨਹੀਂ ਹੋ ਸਕਦੇ ਨੇ, ਜਦੋਂ ਕਿ ਉਹ ਕਾਲਜ ਲਈ ਏਟੀਐਮ ਵਜੋਂ ਵਰਤੇ ਜਾ ਰਹੇ ਨੇ। ਬ੍ਰਾਊਨ ਨੇ ਕਿਹਾ, ਬ੍ਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਜਿਸ ਵਿੱਚ ਫੈਡਰਲ ਸਰਕਾਰ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਿਆਂ ਵਿੱਚ ਮਨਜ਼ੂਰੀ ਪ੍ਰਕਿਰਿਆ ਦੇ ਇੱਕ ਹਿੱਸੇ ਵਜੋਂ ਕਾਨੂੰਨਾਂ ਦੁਆਰਾ ਸਥਾਨਕ ਨਾਲ ਮੇਲ ਖਾਂਦਾ ਰਿਹਾਇਸ਼ ਦਾ ਪਤਾ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। ਬ੍ਰਾਊਨ ਨੇ ਲਿਖਿਆ, ਵੀਜ਼ਾ ਮਨਜ਼ੂਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਇੱਕ ਰਿਹਾਇਸ਼ੀ ਪਤੇ ਦੀ ਲੋੜ ਇਹ ਯਕੀਨੀ ਬਣਾਏਗੀ ਕਿ ਹਰੇਕ ਕਾਲਜ ਕੋਲ ਇੱਕ ਢੁਕਵੀਂ ਰਿਹਾਇਸ਼ੀ ਯੋਜਨਾ ਹੈ ਅਤੇ ਨਵੇਂ ਵਿਦਿਆਰਥੀ ਰਿਹਾਇਸ਼ ਦੀ ਉਸਾਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਅਧਿਕਾਰਿਤ ਅੰਕੜੇ ਅਨੁਸਾਰ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 10 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਿਵੇਂ ਕਿ ਦੇਸ਼ ਉਹਨਾਂ ਦੀ ਆਮਦ ਨੂੰ ਸੀਮਿਤ ਕਰ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਇਹ ਤਬਦੀਲੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਬ੍ਰੈਂਪਟਨ ਵਰਗੀਆਂ ਮਿਊਨਸਿਪੈਲਿਟੀਜ਼ ਨੂੰ ਦਰਪੇਸ਼ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ। ਭਾਰਤ ਨਾਲ ਕੂਟਨੀਤਿਕ ਮੋਰਚੇ ਤੇ ਚੱਲ ਰਹੇ ਤਣਾਅ ਵਿਚਕਾਰ ਵੀ ਕੈਨੇਡਾ ਨੇ ਅਯੋਧਿਆ ਦੇ ਰਾਮ ਮੰਦਿਰ 'ਚ ਨਿਯੋਜਿਤ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਲੈ ਕੇ ਇੱਕ ਅਹਿਮ ਐਲਾਨ ਕੀਤਾ। ਕੈਨੇਡਾ ਦਾ ਇਹ ਫੈਸਲਾ ਭਾਰਤ ਲਈ ਹੈਰਾਨੀ ਵਾਲਾ ਹੈ। ਕੈਨੇਡਾ ਦੀਆਂ 3 ਨਗਰ ਪਾਲਿਕਾਵਾਂ ਨੇ 22 ਜਨਵਰੀ ਨੂੰ ਅਯੋਧਿਆ ਰਾਮ ਮੰਦਿਰ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ। ਦੂਜੇ ਪਾਸੇ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਵੱਲੋਂ ਉੱਤਰ ਪ੍ਰਦੇਸ਼ ਦੇ ਅਯੋਧਿਆ ਵਿੱਚ 22 ਜਨਵਰੀ ਨੂੰ ਹੋਣ ਵਾਲੇ ਸਮਾਗਮ ਨਾਲ ਸੰਬੰਧਿਤ ਬਿੱਲ ਬੋਰਡ ਵੀ ਪੂਰੇ ਗ੍ਰੇਟਰ ਟੋਰਾਂਟੋ ਏਰੀਏ ਵਿੱਚ ਲਾਏ ਗਏ ਅਤੇ ਪ੍ਰਾਣ ਪ੍ਰਤਿਸ਼ਠਾ ਮਹੋਤਸਵ ਬਾਰੇ ਜਾਣਕਾਰੀ ਦਿੱਤੀ ਗਈ। ਹਿੰਦੂ ਕੈਨੇਡੀਅਨ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਮੈਨ ਅਰੁਣੇਸ਼ ਗਿਰੀ ਨੇ ਦੱਸਿਆ ਕਿ 22 ਜਨਵਰੀ ਨੂੰ ਕੈਨੇਡਾ ਦੇ ਬ੍ਰੈਂਪਟਨ, ਓਕਲੇ ਅਤੇ ਬ੍ਰੈਂਟਫੋਰਡ ਵਿੱਚ ਅਯੋਧਿਆ ਰਾਮ ਮੰਦਿਰ ਦਿਵਸ ਵਜੋਂ ਮਨਾਇਆ ਜਾਵੇਗਾ। 3 ਨਗਰ ਪਾਲਿਕਾਵਾਂ ਨੂੰ ਇਸ ਤੇ ਸਹਿਮਤੀ ਦਿਵਾਉਣ 'ਚ ਵਿਸ਼ਵ ਜੈਨ ਸੰਗਠਨ ਦਾ ਅਹਿਮ ਯੋਗਦਾਨ ਰਿਹਾ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਲਗਾਏ ਗਏ ਵੱਡੇ ਹੋਰਡਿੰਗਸ ਨਾਲ ਲੋਕ ਸੈਲਫੀ ਲੈ ਰਹੇ ਸਨ ਅਤੇ ਕੈਨੇਡਾ ਵਿੱਚ ਰਹਿੰਦੇ ਹਿੰਦੂਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵਿਸ਼ਵ ਜੈਨ ਐਸੋਸੀਏਸ਼ਨ ਦੇ ਵਿਜੇ ਜੈਨ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਵਸਦੇ ਭਾਰਤੀਆਂ ਲਈ ਇਹ ਇਤਿਹਾਸਿਕ ਪਲ ਹੈ ਅਤੇ ਲੋਕ ਇਸ ਨੂੰ ਦੀਵਾਲੀ ਵਜੋਂ ਮਨਾ ਰਹੇ ਨੇ। ਓਟਾਵਾ, ਵਿੰਡਸਰ ਅਤੇ ਸਰੀ, ਬ੍ਰਿਟਿਸ਼ ਕੋਲੰਬੀਆ ਵਿੱਚ 3 ਕਾਰ ਰੈਲੀਆਂ ਕੀਤੀਆਂ ਗਈਆਂ। ਕੈਲਗਰੀ ਦੇ ਹਿੰਦੂ ਭਾਈਚਾਰੇ ਵੱਲੋਂ ਅਲਬਰਟਾ ਸ਼ਹਿਰ ਵਿੱਚ ਰਾਮ ਉਤਸਵ ਮਨਾਇਆ ਜਾਣਾ ਹੈ। ਉਹਨਾਂ ਕਿਹਾ ਕਿ ਸੋਮਵਾਰ ਤੱਕ ਅਯੋਧਿਆ ਵਿੱਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਲਈ ਕੈਨੇਡਾ ਦੇ ਵੱਖ ਵੱਖ ਮੰਦਰਾਂ ਅਤੇ ਹਿੰਦੂ ਭਾਈਚਾਰੇ ਵੱਲੋਂ ਕੁੱਲ 115 ਪ੍ਰੋਗਰਾਮ ਉਲੀਕੇ ਜਾਣ ਦੀ ਯੋਜਨਾ ਬਣਾਈ ਗਈ ਹੈ। ਫੈਡਰਲ ਲਿਬਰਲ ਕੈਬਨਿਟ ਰਿਟਰੀਟ ਮੌਂਟਰੀਅਲ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਸ ਦੌਰਾਨ ਇੰਡਸਟਰੀ ਮੰਤਰੀ ਫ੍ਰੈਂਕੋਇਸ ਫਿਲਿਪ ਸ਼ੈਂਪੇਨ ਨੇ ਆਖਿਆ ਕਿ ਆਉਣ ਵਾਲੇ ਸਾਲ ਵਿੱਚ ਫੈਡਰਲ ਸਰਕਾਰ ਦੀ ਮੁੱਖ ਤਰਜੀਹ ਨਵੇਂ ਇੰਟਰਨੈਸ਼ਨਲ ਗਰੋਸਰਸ ਨੂੰ ਕੈਨੇਡਾ ਸੱਦ ਕੇ ਮੁਕਾਬਲੇਬਾਜ਼ੀ ਵਿੱਚ ਵਾਧਾ ਕਰਨਾ ਤੇ ਗਰੋਸਰੀ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣਾ ਹੈ। 29 ਜਨਵਰੀ ਨੂੰ ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਸਮੁੱਚਾ ਫੈਡਰਲ ਮੰਤਰੀ ਮੰਡਲ 3 ਦਿਨਾਂ ਦੇ ਰਿਟਰੀਟ ਸਮਾਰੋਹ ਲਈ ਮੌਂਟਰੀਅਲ ਵਿੱਚ ਹੋਵੇਗਾ। ਅਗਲਾ ਫੈਡਰਲ ਬਜਟ ਇਹਨਾਂ ਸਿਆਲਾਂ ਦੇ ਅਖੀਰ ਵਿੱਚ ਆਉਣ ਦੀ ਸੰਭਾਵਨਾ ਹੈ।
कैनेडियंस लई कॉस्ट ऑफ लिविंग दा मुद्दा अजे भी मुख तरजीह बनया होया है ते करवाए जा रहे ताज़ा सर्वेखणा विच सामने आया है कि हर चीज़ दियां वध रहियां कीमतां नूं नकेल पाउण विच लिबरल सरकार दे असफल रहन कारण कैनेडियंस सरकार तो काफ़ी नाराज़ ने। इस रिट्रीट समारोह विच मंत्री अजिहियां नीतियां लियाउण बारे विचार वटांदरा करनगे जिन्हां नाल कैनेडियंस नूं महंगाई तो राहत मिल सके। फूड दियां कीमतां इस बारे चर्चा दा मुद्दा ने। शैंपेन ने दस्या कि वह कुछ विदेशी ग्रॉसर्स नाल गल कर रहे हैं जिहड़े कैनेडा वालों मुकाबलेबाजी के नियमों में कीतियां गईयां तब्दीलियां तो बाद इधर आने विच वधेरे दिलचस्पी विखा रहे हैं। ताज़ा चोन सर्वेखणा विच कंजरवेटिवां हथों मूँह दी खाण तो बाद लिबरल रिट्रीट समारोह विच हिस्सा लैन जा रहे हैं। अगस्त विच कैबिनेट दी होई मीटिंग विच भी सारा ध्यान एफोर्डेबिलिटी ते हाउसिंग उत्ते दिता गया सी, पर फिर भी लिबरलां दी साख बचाउण विच कोई खास मदद नहीं मिल सकी। खजाना बोर्ड दी प्रेजिडेंट अनीता आनंद दा कहना है कि इस समय सरकार चोणां विच अपनी स्थिति नूं लै के फिक्रमंद नहीं है। उन्हां आख्या कि असीं महंगाई दी मार ते उच्चियां व्याज दरां तों कैनेडियंस नूं बचाउण लई राह लभण वास्ते इकट्ठे होण जा रहे हां। कार चोरी के संबंध में फैडरल लिबरलों वालों कौमी सिखर वार्ता करवाने का ऐलान किया गया है। इस सिखर वार्ता में प्रोविंसा ते इंडस्ट्री के अधिकारियों को सद के कारा चोरी करन ते उन्हां नूं विदेशों में भेजण के मामलों में हुए वाधे के मुद्दे उत्ते विचार वटांदरा किया जाएगा। सरकार का कहना है कि कारा चोरी करन दे मामलों में हुए वाधे कारण ही उन्हां वालों 8 फरवरी को यह सिखर वार्ता रखी गई है ताकि कैनेडियन सड़कों तो कारा चोरी करके मुनाफा कमाने वर्गे इस संगठित जुर्म को रोकया जा सके। एक अंदाजे मुताबक 2022 विच उस तो पिछले साल के मुकाबले कारा चोरी करन दे मामलों में दुगणा वाधा होया है ते एहो हाल ओंटारियो विच भी पाया गया है। एक रिपोर्ट मुताबक 2015 तो लैके हुण तक कार जैकिंग दे मामले विच 300% वाधा दर्ज किया जा चुका है। सरकार का कहना है कि गैंग कारा चोरी करते हैं तो फिर संगठित ग्रुप्स नाल मिलके उन्हां विच कई तरह के बदलाव करके उन्होंने मध्य पूर्व ते अफरीका भेज देंगे ने ते जां फिर कैनेडा विच ही जुर्म करन लई उन्हां गड्डियां दी वरतों करके उन्होंने तबाह कर देंगे ने। इंग्लैंड तो टोरंटो आ रही फ्लाइट का एमरजेंसी डोर खोलन की कोशिश करन वाले पैसेंजर नूं मसा रोकया गया। एक पैसेंजर ने दस्या कि एतवार दोपहर नूं जदों लंडन इंग्लैंड तो एयर कैनेडा की फ्लाइट ने टोरंटो जाने लई उड़ान भरी तो उसके नाल दे एक यात्री ने अजीब व्यवहार करना शुरू कर दिता। सारी उड़ान विच ही उस पैसेंजर का व्यवहार अजीब रहा ते जदों जहाज अटलांटिक दे उपरों उड़ान भर रहा सी ते ये पैसेंजर एमरजेंसी डोर खोलन लई चला गया। हर किसी नूं शांत रखन लई पायलट ते स्टाफ ने सब नूं अपनियां सीटां उत्ते बैठे रहन लई आख्या। एयर कैनेडा दे बुलारे वालों इस गल की पुष्टि की गई कि लंडन हीथरो एयरपोर्ट तो टोरंटो आने वाले जहाज विच एक पैसेंजर वालों परेशान किया गया, पर उन्हें होर वेरवे नहीं दिते। जहाज अपने निर्धारित समय उत्ते टोरंटो पहुंचया। बाद विच कॉन्स्टेबल टाइलर बैल मरीना ने आख्या कि पैसेंजर एक बुजुर्ग व्यक्ति सी ते वह थोड़ा बौंदला गया सी। उसकी हरकत जानबूझ के की हुई नहीं सी, किसी तरह के जुर्माना चार्जिज नहीं लाए गए। अमरीका विच भारत दे राजदूत तरनजीत सिंह संधू ने प्रवासी भाईचारे नूं संबोधन करदिया कहा कि भारत अते अमरीका दे संबंध ना सिर्फ दोवां देशां लई महत्वपूर्ण ने सगो इस दी भलाई लई वी बहुत महत्वपूर्ण ने। संधू ने प्रवासी भारती भाईचारे नूं कहा कि इस भाईवाली नूं होर मजबूत करन च उन्हां दी अहम भूमिका दी लोड़ है। डिजिटल विदायगी समारोह दौरान अमरीका च भारतीय अमरीकियां दे एक समूह नूं संबोधन करते हुए संधू ने उन्हां नूं इह यकीनी बनाउण दी अपील की कि अगली पीढ़ी भारत नाल जुड़ी रहे अते उह नियमित तौर ते भारत दा दौरा करते रहन। संधू 35 सालों के शानदार करियर तो बाद इस महीने के अंत च भारतीय विदेश सेवा तो सेवा मुक्त हो रहे हैं। उन्होंने कहा कि तुहानू इह यकीनी बनाउणा होवेगा कि तुहाडे बच्चे भारत नाल जुड़े रहन। संधू ने कहा कि इत्थे अमरीका विच होर बहुत सारे भाईचारियां वांग तुसी अपनियां एसोसीएशनां अपने समूहां राही इस नूं यकीनी बना सकदे हो क्योंकि तुसी सारे भारत दी यात्रा नूं सहन कर सकदे हो। उन्होंने कहा कि जेकर बच्चियां दी सुरक्षा नूं लैके कोई समस्या है तां मैं तुहानूं भरोसा दे सकदा कि कौंसलेट तुहाडी मदद करेगा। जेकर वह भारत नूं चंगी तरह जानते हैं तो भविख विच भारत वल वधन वालियां वधेरे अंतरराष्ट्रीय कंपनियां उन्हां नूं भर्ती करनगियां। उन्हां कहा कि आने वाले सालों में दोवां देशों के संबंधों का होर मजबूत होना तय है। संधू ने न्यूयॉर्क, शिकागो, ह्यूस्टन, अटलांटा अते सैन फ्रांसिस्को तो बाद सियाटल विच 6वां भारतीय कौंसलेट खोलन विच अहम भूमिका निभाई है। उन्होंने भाईचारे नूं दस्या कि अमरीका विच दो होर भारतीय वणज दूतघर जल्दी ही खुलणगे। उन्होंने कहा कि राजदूत वजों अपने कार्यकाल दौरान उन्होंने अमरीका के वख-वख राज्यों के घट्टो-घट 44 राजपालों नाल गलबात की है।
दो घंटे तो वध समय तक चले वर्चुअल विदायगी समारोह दौरान भारतीय अमरीकी भाईचारे ने भी उन्हां दी अगवाई अते उन्हां दे कार्यकाल दौरान भारत अमरीका संबंधां विच होई तरक्की दी शलाघा कीती। घट आमदनी वाले परिवारों विच स्थिरता लियाउण दे आदेश नूं लैके अमरीका ने अहम कदम चुकिया। इस कदम के तहत बोस्टन विच पब्लिक हाई स्कूल के विद्यार्थियों हस्पताल के काम नाल अपना करियर बनाउण दा मौका दिता जा रहा है। ब्लूमबर्ग फिलेंथ्रोपीज अते बोस्टन दे मास जनरल ब्रिदम हेल्थ सिस्टम ने इन्हां विशेष प्रोग्रामां लई हस्पतालां विच इक वखरा सिलेबस तैयार कीता है। यह प्रोग्राम 10वीं जमात तो बाद दे विद्यार्थियों नूं नर्सिंग, एमरजेंसी मेडिसिन, लैब साइंस, मेडिकल इमेजिंग अते सर्जरी विच करियर बनाउण लई विशेष सिखलाई प्रदान करेगा। विद्यार्थियों नूं 10वीं जमात पूरी करन तो पहला अपनी विशेषता की चोण करनी पैंदी है, फिर वह हाई स्कूल दौरान हस्पताल विच अपने चुने हुए खेत्र विच जूनियर अते सीनियर वजो अपनी सिखलाई पूरी कर सकते हैं। कॉलेज वांग सिखलाई देने वाले विद्यार्थियों नूं अंक दिते जांदे ने। इस प्रोग्राम नाल हाई स्कूल पास करन तो बाद जेकर विद्यार्थी कॉलेज नहीं जाना चाहता तो घट्टो घट हस्पताल विच काम करन दे योग होवेगा। प्रोग्राम तहत प्राप्त अंकों के आधार पर जेकर वो चाहे उस नूं हस्पताल च नौकरी भी दिती जाएगी। जिन्हां नौकरियों लई विद्यार्थियों नूं सिखलाई दिती जांदी है उन्हां दी औसत शुरुआती तनखा 4.5 लाख रुपए तो भारतीय 6 लाख रुपए तक होंदी है। प्रोग्राम विच लगभग 316 करोड़ रुपए का निवेश किया जा रहा है। प्रोग्राम का उद्देश्य घट आमदनी वाले परिवारों में आर्थिक स्थिरता लियाना भी है। 85% विद्यार्थी घट आमदनी वाले परिवारों तो इत्थे ने। वध दीआं लागतां विद्यार्थियों कॉलेज प्रोग्राम तो बाहर रख दीआं ने। प्रधान हॉवर्ड वुल्फसन का कहना है कि सानू इस तथ्य नूं स्वीकार करना होगा कि वध दीआं लागतां कारण हर विद्यार्थी कॉलेज नहीं जा सकता। हाई स्कूल तो बाद करियर दे नाल नौकरी लभना बहुत सारे विद्यार्थियों लई उन्हां दा जीवन बदलन वाला यह एक सुनहरी मौका हो सकता है। अमरीका विच रह रहे भारतीय भाईचारे दे लोकां लई चंगी खबर है। हुण अमरीकी स्कूलां विच हिंदी नूं विश्व भाषा वजों पढ़ाउण दा फैसला किया गया है। सिलिकन वैली वजो मशहूर अमरीकी शहर कैलीफोर्निया के दो सरकारी स्कूलों में हिंदी भाषा पढ़ाने को लेकर अहम फैसला लिया गया है। फ्रीमांट विच वड्डे भारतीय अमरीकी भाईचारे ने इस फैसले का स्वागत किया है। इत्थे रहने वाले लोग स्कूलों में अपने बच्चों को हिंदी पढ़ाने की मांग कर रहे सन। फ्रीमांट कैलीफोर्निया विच सब तो वध भारतीय अमरीकी ने अजिहे विच दो सरकारी स्कूलों में हिंदी नूं विकल्पिक विषय वजो पढ़ाने के फैसले का स्वागत किया जा रहा है। फ्रीमांट यूनिफाइड स्कूल डिस्ट्रिक्ट बोर्ड ने हिंदी के अध्ययन लई एक पायलट प्रोग्राम शुरू करने का फैसला किया है। इस लई 17 जनवरी नूं 4-1 वोटां नाल वोटिंग की गई सी। हिंदी नूं अगस्त विच शुरू होण वाले 2024-25 सैशन विच हार्नर मिडल स्कूल अते इरविंगटन हाई स्कूल दे पाठक्रम विच शामिल कीता जावेगा। हार्नर मिडल स्कूल अते इरविंगटन हाई स्कूल विच 65% विद्यार्थी भारतीय अमरीकी ने। पूरे जिले विच कुल 29 प्राइमरी, 5 मिडल अते 5 हाई स्कूल ने। मैंबर विवेक प्रसाद, शैरन कोको, लैरी स्वीनी अते प्रधान योजिंग चांग जो कि FUSD बोर्ड की मीटिंग विच शामिल होए ने हिंदी भाषा सिखाने के प्रस्ताव का समर्थन किया है। उन्होंने अपने फैसले विच